ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਕਲਾਂ, ਜਗਦੇਵ ਖੁਰਦ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਜਗਦੇਵ ਕਲਾਂ ਅਤੇ ਜਗਦੇਵ ਖੁਰਦ ਜਿਹੜੇ ਦੋਵੇਂ ਵੱਖਰੇ ਵੱਖਰੇ ਪਿੰਡ ਆ ਅਤੇ ਕਾਫੀ ਦੂਰੀ 'ਤੇ ਆ, ਤਕਰੀਬਨ 20-25 ਕਿਲੋਮੀਟਰ ਦਾ ਜਿਹੜਾ ਫਰਕ ਹੋਣਾ ਵਾ ਇਹਨਾਂ ਦੋਵਾਂ ਦੇ ਆਪਸ 'ਚ ਪਿੰਡਾਂ ਦਾ। ਅਤੇ ਚੰਗੀ ਤਰ੍ਹਾਂ ਐਡਰੈਸ ਜਿਹੜਾ ਵੀਰ ਜੀ ਉਹਨਾਂ ਤੋਂ ਕੋਈ ਵੀਰ ਪੁੱਛ ਕੇ ਹੀ ਆਵੇ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਹਾਂਜੀ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਪ੍ਰੇਮ ਸਿੰਘ, ਹਾਂਜੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਅਤੇ ਫੋਨ ਜਗਦੇਵ ਖੁਰਦ। ਜਗਦੇਵ ਖੁਰਦ ਹੈ ਨਾ, ਅਤੇ ਜਗਦੇਵ ਖੁਰਦ ਅਜਨਾਲੇ ਤੋਂ ਕਿੰਨੀ ਕੁ ਦੂਰ ਜੀ? 6 ਕਿਲੋਮੀਟਰ ਜੀ ਵੀਰ ਜੀ, ਅਜਨਾਲੇ ਤੋਂ ਤਾਂ ਨੂੰ ਚੜ ਕੇ ਹੈ ਨਾ, ਦਰਿਆ ਵਾਲੇ ਪਾਸੇ ਨੂੰ। ਹਾਂਜੀ ਹਾਂਜੀ। ਅਤੇ ਜਿਹੜਾ ਜਗਦੇਵ ਕਲਾਂ ਵਾ ਉਹ ਅੰਮ੍ਰਿਤਸਰ ਵਾਲੇ ਪਾਸੇ ਨੂੰ? ਹਾਂਜੀ ਅੰਮ੍ਰਿਤਸਰ ਪਾਸੇ। ਠੀਕ ਹੈ ਜੀ, ਅਤੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ। 95012। ਹਾਂਜੀ। 96185। ਅੱਜ ਪੰਜ ਫਿਰ? ਹਾਂਜੀ ਪੰਜ। ਉਧਰ ਵਾਲੀਆਂ ਵੇਖ ਗਿਆ ਫਿਰ? ਹਾਂਜੀ ਉਧਰ ਵਾਲੀਆਂ ਵੇਖ ਗਿਆ। ਕਿੰਨੇ ਫੋਨ ਫਾਨ ਆਏ ਫਿਰ? ਫੋਨ ਤੇ ਬਹੁਤ ਆਏ ਜੀ। ਠੀਕ ਹੈ ਜੀ। ਹਾਂਜੀ ਹੋਰ ਲੈਂਦੀਆਂ ਸੀ, ਪੰਜ ਉਹ ਵੀ ਵੇਖੀਆਂ ਜੀ। ਅੱਛਾ। ਹਾਂਜੀ ਹਾਂਜੀ, ਉਦਨ ਤੁਹਾਨੂੰ ਮੈਂ ਫੋਨ ਕੀਤਾ, ਫਿਰ ਤੁਹਾਨੂੰ ਮੈਂ ਆਖਿਆ ਵੀਰ ਜੀ ਗਾਵਾਂ ਵੇਖੀਆਂ ਜੀ। ਠੀਕ ਆ, ਉਦਨ ਮਾਲ ਵੇਖ ਗਿਆ ਸੀ ਆਪਣਾ ਨਾ। ਹਾਂਜੀ ਆਈ ਚਲਾਈ ਹੋਈ ਜਾਂਦੀ ਕਿ ਹੁਣ ਕੰਮ ਖਿੱਚ ਕੇ ਰੱਖਿਆ ਕਿ ਪੂਰਾ? ਹਾਂਜੀ ਹਾਂਜੀ। ਠੀਕ ਠੀਕ ਹੈ ਜੀ। ਚਲੋ ਸ਼ੁਰੂਆਤ ਫਿਰ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਕਾਫੀ ਚੰਗੇ ਕੱਦ ਕਾਠ ਵਾਲੀ ਗਾਵਾਂ ਤੇ ਮਿਲਕ ਮੇਨ ਦੇਖ ਸਕਦੇ, ਪੈਪਾਂ ਜਿਹੜੀਆਂ ਪੂਰੀਆਂ ਮੋਟੀਆਂ ਮੋਟੀਆਂ ਇਹਦੇ ਲੱਗੀਆਂ ਵਾ ਤੇ ਆ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ। ਕਾਫੀ ਚੰਗਾ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਹੈ, ਦੱਸੀਏ ਵੀਰ ਜੀ ਇਹਦੇ ਬਾਰੇ। ਇਹ ਵੀਰ ਜੀ ਤੀਜਾ ਸੂਆ ਜੀ। ਅੱਛਾ। ਹਾਂਜੀ। ਤੇ ਕਿੰਨਾ ਕੁ ਦੁੱਧ? ਇਹ ਦੁੱਧ ਵੀਰ ਜੀ ਆਉਂਦੇ 20 ਕਿਲੋ ਆਪਾਂ ਚੁੰਦੇ ਰਹੇ ਆ। ਅੱਛਾ 20। ਕੀ 16 17 ਕਿਲੋ ਤੋਂ ਘੱਟ ਕੀ ਕਰੂਗੀ? ਅੱਛਾ ਜੀ। ਯਾਰ ਕੀ ਥੋੜੀ ਜੀ ਲੱਸੀ ਆ, ਚਲੋ। ਅੱਛਾ। ਹਾਂਜੀ ਵੰਡ ਵੜੇਵਾ ਪਾਇਆ, ਚਲੋ ਹੋ ਜੂਗੀ ਰਾਜੀ। ਠੀਕ ਹੈ ਜੀ। ਭਾਅ ਵੀ ਤੁਹਾਨੂੰ ਪਤਾ ਉਹਨਾਂ ਕੀ ਆ। ਅੱਛਾ। ਹਾਂਜੀ ਹਾਂਜੀ। ਤੇ ਕਿੰਨਾ ਭਾਅ ਫਿਰ ਰੱਖਣਾ ਇਹਦਾ? ਵੇਖ ਲਓ ਜਿੰਨਾ। ਚਲੋ ਪਹਿਲਾਂ ਤੋਰ ਦਈਏ ਫਿਰ ਭਾਅ ਦੱਸਦੇ ਇਹਦਾ। ਟਾਈਮ ਕਿੰਨਾ ਖੜਦੀ ਜੀ? ਟਾਈਮ ਇਹ ਵਿੱਚ ਜੀ 7-8 ਦਿਨ ਖੜਦੀ ਜੀ। 7-8 ਦਿਨ ਖੜਦੀ ਹੈ। ਢਿੱਲਾਂ ਢੁੱਲਾਂ ਜੇ ਬੜੀਆਂ ਜੀ, ਇਹ ਚਿੱਟਾ ਪੂਰਾ ਭਰਨਾ ਜੀ। ਠੀਕ ਹੈ ਜੀ। ਉਹਨਾਂ ਕੋਲ ਸੇਵਾ ਨਹੀਂ ਹੋਈ, ਬੰਦੇ ਉਹਨਾਂ ਦੇ ਭੱਜ ਗਏ। ਅੱਛਾ ਜੀ। ਹਾਂਜੀ ਹਟ ਗਏ ਬੰਦੇ ਉਹਨਾਂ ਕੋਲ। ਬਾਕੀ ਜਿਹੜਾ ਕੋਈ ਸਾਂਭ ਵਾਲਾ ਕਬੀਰ ਲੈ ਜਾਊਗਾ, ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਵਾ। ਆਹ ਦੇਖ ਸਕਦੇ ਜੀ, ਸਿੱਧੀ ਲੈ ਜਾਓ ਵੀਰ ਜੀ। ਠੰਡੀ ਢੀਰੀ ਆ, ਠੰਡੀ ਢੀਰੀ। ਆਹ ਦੇਖ ਸਕਦੇ ਜੀ, ਹਵਾਨਾ ਜਿਹੜਾ ਇਹਨੇ ਭਰਨਾ ਵਾ, 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਪਿਛਲੇ ਸੂਏ ਜਿਹੜਾ ਇਹਨੇ ਚਵਾਇਆ। ਬਾਕੀ ਹਵਾਨੇ ਤੇ ਵੀ ਨਾੜਾ ਨੂੜਾ ਆਪਾਂ ਦੇਖ ਸਕਦੇ ਚੰਗੀਆਂ ਵਾ। ਤੇ ਮਿਲਕ ਮੈਨੇ ਵੀ ਕਾਫੀ ਮੋਟੀ ਲੱਗੀ, ਪੈਪਾਂ ਹੀ ਜਿਹੜੀਆਂ ਲੱਗੀਆਂ ਵਾ। ਜੇ ਕੋਈ ਸਾਂਭ ਵਾਲਾ ਕਬੀਰ ਲੈ ਜਾਊਗਾ ਤੇ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ, ਹੈਗੀ ਜਿਹੜੀ ਪੂਰੀ ਚਾਰੂ ਆ ਉਸ ਤਰ੍ਹਾਂ। ਸਾਂਭੀ ਘੱਟ ਆ ਥੋੜ੍ਹੀ ਜਿਹੀ ਕਿਸੇ ਨੂੰ। ਹਲੇ ਕੋਈ ਖਾਸ ਭੁੱਲਾਂ ਭੁੱਲਾਂ ਨਹੀਂ ਹਵਾਨੇ ਤੇ ਜਿਹੜੀਆਂ ਹੈਗੀਆਂ, ਅਜੇ ਢਿੱਲਾਈਆਂ ਜਿਹੜੀਆਂ ਭਰੂਗੀ ਚੰਗੀ ਤਰ੍ਹਾਂ। ਕੀ ਮੁੱਲ ਵੀਰ ਜੀ ਇਹਦਾ ਫਿਰ? ਉਸ ਤਰ੍ਹਾਂ ਦੇ ਵੀਰ ਜੀ ਤੁਹਾਨੂੰ ਪਤਾ ਰਾਜੀ ਹੁੰਦੀ 50-55 ਹਜ਼ਾਰ ਦੀ ਗਾਂ ਹੈ। ਹਾਂਜੀ। ਹੁਣ ਦੇ 35 ਹਜ਼ਾਰ ਮੁੱਲ ਜੇ ਉਹ ਮਾਨਤਨ ਕਰ ਦਾਂਗੇ। 35 ਹਜ਼ਾਰ 'ਚ ਮਾਨਤਨ ਕਰ ਦੋਗੇ? 35 ਹਜ਼ਾਰ 'ਚ ਮਾਨਤਨ। ਠੀਕ ਹੈ ਜੀ। ਇਹ ਵੀ ਭੈਣ ਭਰਾ ਕੋਈ ਵੰਡ ਵੜੇਵਾਂ ਪਾ ਕੇ ਚਲੋ, ਠੀਕ ਹੈ ਜੀ, ਮਾਸਾ ਹੋ ਗਈ ਤੇ ਫਿਰ ਰੁਪਈਏ ਵੱਧ ਸਕਦਾ। ਠੀਕ ਹੈ ਜੀ, ਠੀਕ ਹੈ। ਬਾਕੀ ਇਹ ਢਿੱਲਾਂ ਢੁੱਲਾਂ ਬੜੀਆਂ ਜੇ, ਇਹ ਗਾਂ ਨੇ 7-8 ਦਿਨ ਖੜਨੇ ਜੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਇੱਕ ਆ ਤਾਜ਼ੀ ਸੂਈ ਦਿਖਾਉਣੀ, ਬੱਚਾ ਕੀ ਆ ਗਿਆ ਤੇ ਮਗਰ? ਵੱਛੀ ਜੇ ਵਿੱਚ ਜੀ। ਆ ਵੱਛੀ ਜਿਹੜੀ ਬੜੀ ਖੂਬਸੂਰਤ ਆਈ ਜੇ ਤੇ ਮਗਰ? ਹੁਣੇ ਸੂਈ ਵਿੱਚ, ਹੁਣੇ ਸੂਈ, ਹਲੇ ਜੇਰ ਜਿਹੜੀ ਉਹਦੀ ਪੈਣ ਵਾਲੀ ਆ। 10 ਕੁ ਮਿੰਟ ਹੋਏ। ਤੇ ਆਹ ਥਣਾਂ ਦਾ ਸਾਈਜ਼ ਤੇ ਗੈਪ ਕਾਫੀ ਪਿਆਰਾ ਵਾ ਜਿਹੜਾ ਇਹਦਾ ਵੀ, ਇਹ 10-15 ਮਿੰਟ ਹੀ ਹੋਏ ਵੀਰ ਜੀ ਹੁਣੀ ਕਹਿੰਦੇ ਇਹਨੂੰ ਸੂਈ ਨੂੰ। ਤੇ ਇਹ ਕਿੰਨਾ ਦੁੱਧ ਚਵਾਜੂਗੀ? ਇਹ ਵੀਰ ਜੀ ਉਹਦੇ ਆਂਦੇ 14 ਕਿਲੋ ਚੁੰਦੇ ਰਹੇ ਆ, 11-12 ਕਿਲੋ ਤੋਂ ਘੱਟ ਕੀ ਕਰੂਗੀ? ਅੱਛਾ। ਹਾਂਜੀ ਹਾਂਜੀ, ਠੀਕ ਹੈ। ਲੋਕੀ ਗਾਹ ਨੂੰ ਦੱਸਦੇ, ਤੁਸੀਂ ਪਛਾਣ ਜਾਂਦੇ ਜੀ? ਬਾਕੀ ਆਪਾਂ ਗਾਹ ਉਸ ਹਿਸਾਬ ਨਾਲ ਸੇਵਾ ਕਰਾਂ ਤੇ ਫਿਰ 14 ਕਿਲੋ ਵੀ ਚਵਾ ਸਕਦੇ ਆ। ਅੱਛਾ ਹਾਂਜੀ ਹਾਂਜੀ, ਠੀਕ ਹੈ। ਆਮ ਕਹੂਗੇ ਕਿ ਬਾਕੀ ਤੁਹਾਨੂੰ ਪਤਾ ਹਰ ਇੱਕ ਜਿਹੜਾ ਵੀਡੀਓ ਵੇਖਦਾ ਉਹਨੂੰ ਪਤਾ ਹੀ ਆ ਵੀ ਕਿੰਨਾ ਚਵਾਉਗੀ ਸਾਡੇ। ਦੱਸ ਝੂਠ ਨੂੰ ਜਿੰਨਾ ਮਰਜ਼ੀ ਮਾਰੀ ਜਾਓ ਝੂਠ ਕਿ ਨਹੀਂ। ਠੀਕ ਹੈ ਠੀਕ ਹੈ। ਤੇ ਸੂਆ ਕਿੰਨਵਾ ਜੇ ਦਾ? ਸੂਆ ਫਿਰ ਜੇ ਦੂਜਾ ਹੀ ਹੋਊਗਾ। ਲਿਆ ਫਿਰ ਤੋਰੋ ਹਾਂ ਇੱਕ ਵਾਰੀ ਨੂੰ। ਬਾਕੀ ਇਹ ਵੀ ਜਿਹੜੀ ਤਾਜ਼ੀ ਸੂਈ ਆ। ਠੀਕ ਹੈ ਜੀ, ਪਾ ਦਿੰਦੇ ਮੈਂ 10 ਮਿੰਟ ਠਹਿਰ ਕੇ ਕਰਦਾ, 10 ਮਿੰਟ ਠਹਿਰ ਕੇ ਕਰਦਾ। ਬੱਚੇ ਦਾ ਬਹੁਤ ਕਰਦੀ ਹੈ। ਠੀਕ, ਮੈਂ ਲੇਟ ਤਾਂ ਹੋਇਆ 2 ਮਿੰਟ। ਬਾਕੀ ਬੱਚੇ ਦਾ ਜਿਹੜਾ ਜੇ ਹੁਣੇ ਫਿਰ ਸੋਈ ਆ, ਬੱਚੇ ਵੱਲ ਤੇ ਇਹਨੇ ਭੱਜ ਕੇ ਜਾਣਾ ਹੀ ਆ।
गबन तुहानू होर दिखाउणी आ थोड़ी जर्सी क्रॉस च आ गई इन्हें वीर जी किन्नवा सूआ सोना जे ए वीर जी लगदी ते पहला जे पर दूजा सूआ जे अच्छा दुध किन्ना चवाई जाऊगी बारह तेरह किलो चवाऊगी मुल जर्सी क्रॉस जड़ी ठीक है जी हाँ देख सकते हैं कि ठंडी धीरी लाया जी हवाना जरा लग गया देख सकते जी हूँ आ गई जी चौथे नंबर ते किन्ना जी वीर जी ए दुध तैयार थले जी 6 किलो होगा 6 किलो दुध तैयार साढ़े 5 किलो दुध लाओ अच्छा हाँ जी ते ये भी पाई आधा किलो का पर शरीरों घट आ जी तोरो हां वीर जी करी ना बच्चा इहदा दिखा दिए आ जिहड़ा बच्चा है जी इहदा जे कोई सांभ वाला कभी लै जाऊगा तो हो सकता दुध जिहड़ा वध भी जावे दुध 5-6 लीटर दसते ये कोल ते एदा की मुल वीर जी फिर ਇਹਦਾ ਮੁੱਲ ਵੀਰ ਜੀ 15000 ਰੁਪਇਆ ਜੀ ਬਸ ਇਹ ਕਿਹਨੇ ਕਾਂ ਸਾਂਭੀ ਨਹੀਂ ਆ ਪੱਠਿਆਂ ਦੇ ਦੁੱਧ 5-6 ਕਿਲੋ ਕਰਦੀ ਰਹੀ ਹੈ ਤੇ ਇਹ ਕਿ ਜਿਹੜਾ ਕੋਈ ਸਾਂਭ ਵਾਲਾ ਲੈ ਜਾਓ ਹਾਂ ਜੀ ਵੰਡ ਵੜੇਵੇਂ ਨਾਲ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ 7-7.5 ਕਿਲੋ ਦੁੱਧ ਕੱਢੀ ਜਾਓ ਇੱਕ ਸਾਰਾ ਸਿਆਲ ਕੱਢ ਜੂ ਕੀ ਸਾਰਾ ਸਿਆਲ ਸਾਲਾ ਕੱਢੀ ਆ ਰਹਿਣਾ ਹਾਂਜੀ ਹਾਂਜੀ ਮਹੀਨੇ ਦੀ ਕਹਿੰਦੇ ਸੂਈ 1.5 ਮਹੀਨੇ ਦੀ ਆਈ ਆ ਤਾਂ ਸੂਈ ਨਹੀਂ ਹੋਊਗੀ ਅੱਛਾ ਹਾਂਜੀ ਠੀਕ ਹੈ ਉਹਨੇ ਮਹੀਨੇ ਦੇ ਆਈ ਦਿੱਤਾ ਦੋ ਥਾਲ ਉਹਨੂੰ ਛੱਡ ਦੇ ਦੋ ਥਾਲੀ ਘਰ ਵਾਤੇ ਦੁੱਧ ਜਿਹੜਾ ਅੱਛਾ ਦੋ ਥਾਲਾਂ ਬੱਚੀ ਨੂੰ ਤੇ ਦੋ ਥਾਲੀ ਨੂੰ ਠੀਕ ਹੈ ਜੀ ਤੇ ਹੁਣ ਇੱਕ ਹੋਰ ਗੱਬਨ ਤੁਹਾਨੂੰ ਗਾਂ ਤੁਹਾਨੂੰ ਦਿਖਾਉਣੀ ਆ ਇਹ ਗੱਬਨ ਠੱਡੀ ਛੀਰੀ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਹਾਂਜੀ ਦੱਸਿਆ ਵੀ ਦਿਆ ਤਾਂ ਪਰ ਇਹ ਵੀ ਕੀ ਲੱਗਦੀ ਤੇ ਪਹਿਲਾਂ ਜੇ ਪਰ ਦੂਜਾ ਸੂਆ ਜੀ ਅੱਛਾ ਹਾਂਜੀ ਤੇ ਇਹ ਕਿੰਨਾ ਦੁੱਧ ਚਵਾਈ ਜਾਊਗਾ ਇਹ ਵੀ ਜੀ ਰੰਗ ਬਾਜਾ ਚਲੋ 12-14 ਕਿਲੋ ਦੇ ਚਵਾਈ ਜਾਊਗੀ 13 ਕਿਲੋ ਹਾਂਜੀ 12-13 ਦੇ ਲੱਗੇ ਜਿਹੜਾ ਚਵਾਈ ਜਾਊਗੀ ਤੇ ਟਾਈਮ ਕਿੰਨਾ ਖੜਦੀ ਆ ਟਾਈਮ ਵੀ ਜੀ ਇਹ ਵੀ 7-8 ਦਿਨ ਹੀ ਖੜਦੀ ਜੀ ਲਿਆ ਫਿਰ ਤੋਰ ਦੇ ਕਰੀ ਨਾ रंग रुंग की भी काफ़ी चंगी है अज लै जी बाकी कद काठ बेल जरा यदा भी सोहना वा ਇਹਦਾ ਕੀ ਮੁੱਲ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਵੀ ਜੀ 32000 ਜਾਂ 30000 ਚੁਮਾਨਤਨ ਅੱਛਾ ਇਹਦਾ 30000 ਚੁਮਾਨਤਨ ਕਰ ਦੋਗੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਫਿਰ ਬਸ ਠੀਕ ਹੈ ਵੀ ਜੀ ਬਹੁਤ ਬਹੁਤ ਜਿਹੜਾ ਭੈਣ ਭਰਾ ਵੇ ਪਾਸ ਕਰਕੇ ਖੜੇ ਆ ਪਾਸ ਕਰਕੇ ਖੜੇ ਡੰਗਰ ਚੋਚਵਾ ਖੜੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਸੁਈਆਂ ਆਪਣੀ ਤਸੱਲੀ ਕਰਕੇ ਕਢੋ ਹਾਂਜੀ
ਤੇ ਜਿਹੜੀਆਂ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।